ਹਾਂਜੀ ਸਟੂਡੈਂਟਸ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਬੀਏ ਫਰਸਟ ਪੋਲੀਟੀਕਲ ਸਾਇੰਸ ਦੀ ਵੀਡੀਓ ਨੰਬਰ 2 ਦੇ ਵਿੱਚ ਪਹਿਲੀ ਵੀਡੀਓ ਵਿੱਚ ਅਸੀਂ ਰਾਜਨੀਤੀ ਸ਼ਾਸਤਰ ਦੇ ਵਿਸ਼ੇ ਦੀ ਗੱਲ ਕੀਤੀ ਸੀ ਸੈਕੰਡ ਪੁਆਇੰਟ ਜਿਹੜਾ ਸਾਡਾ ਬਣਦਾ ਇੱਥੇ ਉਹ ਹੈਗਾ ਅੱਜ ਦੀ ਵੀਡੀਓ ਚ ਆਪਾਂ ਤੁਹਾਨੂੰ ਕਰਾਵਾਂਗੇ ਰਾਜਨੀਤੀ ਸ਼ਾਸਤਰ ਦੇ ਅਧਿਐਨ ਦੀ ਉਪਯੋਗਤਾ ਪਲੇਲਿਸਟ ਮੈਂ ਬਣਾਤੀ ਪਲੇਲਿਸਟ ਦਾ ਲਿੰਕ ਡਿਸਕ੍ਰਿਪਸ਼ਨ ਚ ਪਲੇਲਿਸਟ ਨੂੰ ਫੋਲੋ ਕਰ ਲਓ ਸਾਰੇ ਚੈਪਟਰ ਸਾਰੇ ਇੰਪੋਰਟੈਂਟ ਕੁਐਸਚਨ ਹਰ ਇੱਕ ਚੀਜ਼ ਪੇਪਰ ਦੀ ਤੁਹਾਨੂੰ ਪਲੇਲਿਸਟ ਵਿੱਚ ਹੀ ਮਿਲੇਗੀ ਬਾਕੀ ਮੈਂ ਇੱਕ ਵੀਡੀਓ 'ਚ ਤੁਹਾਨੂੰ ਪੀਡੀਐਫ ਫਾਈਲਸ ਵੀ ਪ੍ਰੋਵਾਈਡ ਕਰਵਾਉਂਗਾ ਨੋਟਸ ਵੀ ਪ੍ਰੋਵਾਈਡ ਕਰਵਾਉਂਗਾ ਚੈਨਲ ਤੇ ਬਨੇ ਰਹੋ ਤੇ ਸਬਸਕ੍ਰਾਈਬ ਜਰੂਰ ਕਰ ਲਓ ਤੇ ਜਿਹੜੇ ਇਹ ਲੈਸਨਾਂ ਦੇ ਪ੍ਰਸ਼ਨ ਉੱਤਰ ਹੋਣਗੇ ਛੋਟੇ ਜਿਹਾ ਐਸੇ ਟਾਈਪ ਜਿਹੜੇ ਵੀ ਇੰਪੋਰਟੈਂਟ ਕੁਐਸਚਨ ਹੋਵੇ ਨਾ ਮੈਂ ਚੈਨਲ ਤੇ ਪਾਉਣੇ ਨਵੇਂ ਚੈਨਲ ਦਾ ਲਿੰਕ ਵੀ ਮੈਂ ਡਿਸਕ੍ਰਿਪਸ਼ਨ 'ਚ ਦਿੱਤਾ ਤੁਹਾਨੂੰ ਸ਼ੋ ਵੀ ਹੋ ਰਿਹਾ ਹੁਣ ਇਹਨੂੰ ਸਬਸਕ੍ਰਾਈਬ ਕਰ ਲਓ ਜਾ ਕੇ ਇੱਥੇ ਹੀ ਤੁਹਾਨੂੰ ਪੋਲੀਟিক্যাল ਸਾਇੰਸ ਦੇ ਹਰ ਇੱਕ ਚੈਪਟਰ ਦੇ ਇੰਪੋਰਟੈਂਟ ਕੁਐਸਚਨ ਮਿਲਣਗੇ ਕਿਉਂਕਿ ਤੁਹਾਨੂੰ ਕਿਤੇ ਨਹੀਂ ਮਿਲਣਗੇ ਔਰ ਕਿਉਂਕਿ ਬਿਲਕ ਤ론 ਆਪਾਂ ਸ਼ੁਰੂ ਕਰਦੇ ਹਾਂ ਸਿਗਨੀਫੀਕੈਂਸ ਆਫ ਦੀ ਸਟੱਡੀ ਆਫ ਦੀ ਪੋਲੀਟੀਕਲ ਸਾਇੰਸ ਰਾਜ ਵਿੱਚ ਰਹਿਣ ਵਾਲਾ ਹਰ ਵਿਅਕਤੀ ਪ੍ਰਤੱਖ ਜਾਂ ਅਪਰਤੱਖ ਰੂਪ ਵਿੱਚ ਰਾਜਨੀਤੀ ਨਾਲ ਸੰਬੰਧ ਰੱਖਦਾ ਹੈ ਜਾਂ ਸੰਬੰਧ ਹੁੰਦਾ ਹੈ ਉਸ ਦਾ ਪ੍ਰਸਿੱਧ ਵਿਦਵਾਨ ਰੌਬਰਟ ਡਾਹਲ ਦੇ ਵਿਚਾਰ ਦੇ ਅਨੁਸਾਰ ਰਾਜਨੀਤੀ ਮਨੁੱਖੀ ਹੋਣ ਦੀ ਇੱਕ ਉਹ ਸਚਾਈ ਹੈ ਜਿਸ ਨੂੰ ਅੱਖੋ-ਉਲੀ ਨਹੀਂ ਕੀਤਾ ਜਾ ਸਕਦਾ ਠੀਕ ਹੈ ਰਾਜ ਜਿਹੜੀ ਰਾਜਨੀਤੀ ਹੈਗੀ ਆ ਉਹ ਮਨੋੱਖੀ ਹੁੰਦ ਦੀ ਇੱਕ ਸਚਾਈ ਆ ਜਿਸ ਨੂੰ ਅਸੀਂ ਨਹੀਂ ਨਕਾਰ ਸਕਦੇ ਇਸ ਕਰਕੇ ਹਰ ਵਿਅਕਤੀ ਲਈ ਰਾਜਨੀਤੀ ਸ਼ਾਸਤਰ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ। ਇਹਦੇ ਲਈ ਸਰਲੇਖਾਂ ਵਿੱਚ ਵੰਡਿਆ ਹੋਇਆ ਮਹੱਤਵਪੂਰਨ ਪਹਿਲਾ ਸਰਲੇਖ ਹੈ ਇਹ ਆਦਰਸ਼ ਨਾਗਰਿਕ ਬਣਾਉਂਦਾ ਹੈ। ਆਈਡਲ ਸਿਟੀਜ਼ਨ ਬਣਾਉਂਦਾ ਵਾ। ਠੀਕ ਹੈ। ਇੱਕ ਆਦਰਸ਼ ਰਾਜ ਬਣਾਉਣ ਵਾਸਤੇ ਆਦਰਸ਼ ਨਾਗਰਿਕਾਂ ਦੀ ਲੋੜ ਹੁੰਦੀ ਹੈ। ਰਾਜਨੀਤੀ ਸ਼ਾਸਤਰ ਅਧਿਐਨ ਉਹਨਾਂ ਸਾਰੀਆਂ ਗੱਲਾਂ ਦਾ ਗਿਆਨ ਹੁੰਦਾ ਹੈ ਜਿਨ੍ਹਾਂ ਦੀ ਆਦਰਸ਼ ਨਾਗਰਿਕ ਨੂੰ ਜਾਣਕਾਰੀ ਹੋਣੀ ਚਾਹੀਦੀ ਹੈ। ਸੈਕੰਡ ਹੈ ਇਹ ਰਾਜ ਬਾਰੇ ਗਿਆਨ ਦਿੰਦਾ ਹੈ ਇਟ ਗਿਵਸ ਦੀ ਨੋਲਿਜ ਅਬਾਊਟ ਦੀ ਸਟੇਟ ਰਾਜ ਦੇ ਜੀਵਨ ਨਾਲ ਸੰਬੰਧ ਸਭ ਤੋਂ ਮਹੱਤਵਪੂਰਨ ਸੰਸਥਾ ਹੈ ਵਿਅਕਤੀ ਆਪਣੇ ਜੀਵਨ ਦਾ ਵਿਕਾਸ ਰਾਜ ਤੋਂ ਬਿਨਾ ਨਹੀਂ ਕਰ ਸਕਦਾ ਉਹ ਰਾਜ ਵਿੱਚ ਜੰਮਦਾ ਹੈ ਤੇ ਰਾਜ ਵਿੱਚ ਵਿਕਾਸ ਕਰਦਾ ਹੈ ਤੇ ਰਾਜ ਵਿੱਚ ਹੀ ਮਰਦਾ ਹੈ ਇਸ ਲਈ ਹਰ ਨਾਗਰਿਕ ਨੂੰ ਰਾਜ ਦੇ ਜਨਮ ਵਿਕਾਸ ਰੂਪ ਅਤੇ ਰਾਜ ਦੇ ਕਾਰਜਾਂ ਅੱਤੇ ਗਿਆਨ ਹੋਣਾ ਬਹੁਤ ਜ਼ਰੂਰੀ ਹੈ ਬਹੁਤ ਇੰਪੋਰਟੈਂਟ ਪੁਆਇੰਟ ਇਨ ਛੱਡਿਓ ਨਾ ਥਰਡ ਪੁਆਇੰਟ ਆ ਗਿਆ ਇਹ ਸਰਕਾਰ ਬਾਰੇ ਗਿਆਨ ਦਿੰਦਾ ਹੈ ਇਟ ਗਿਵਸ ਨੋਲਜ ਅਬਾਊਟ ਦੀ ਗਵਰਨਮੈਂਟ ਸਰਕਾਰ ਰਾਜ ਦਾ ਮਹੱਤਵਪੂਰਨ ਤੱਤ ਹੁੰਦਾ ਹੈ ਰਾਜ ਦੀ ਇੱਛਾ ਨੂੰ ਪ੍ਰਗਟ ਕਰਦਾ ਹੈ ਤੇ ਲਾਗੂ ਕਰਦਾ ਹੈ ਆਮ ਵਿਅਕਤੀ ਸਰਕਾਰ ਤੇ ਰਾਜ ਵਿੱਚ ਫਰਕ ਨਹੀਂ ਕਰਦਾ ਪਰੰਤੂ ਰਾਜਨੀਤੀ ਸ਼ਾਸ ਦਾ ਅਧਿਐਨ ਸਾਨੂੰ ਸਰਕਾਰ ਦੀਆਂ ਕਿਸਮਾਂ ਅਤੇ ਸਰਕਾਰ ਦੀਆਂ ਅੰਗਾਂ ਕੰਮਾਂ ਬਾਰੇ ਮਹੱਤਵਪੂਰਨ ਜਾਣਕਾਰੀ ਦਿੰਦਾ ਹੈ ਚੌਥਾ ਪੁਆਇੰਟ ਆ ਲੋਕ ਰਾਜ ਦੀ ਸਫਲਤਾ ਲਈ ਹੈ ਹੈਲਪਫੁਲ ਫਾਰ ਦੀ ਸਕਸੈਸ ਆਫ ਡੈਮੋਕ੍ਰੇਸੀ भीमिस आदि ਵਿੱਚ ਲੋਕਤਾਂਤਰੀ ਸ਼ਾਸਨ ਪ੍ਰਣਾਲੀ ਸਭ ਤੋਂ ਹਰਮਨ ਪਿਆਰੀ ਹੈ ਪਰੰਤੂ ਇਸ ਨੂੰ ਸਫਲ ਬਣਾਉਣ ਲਈ ਉਚਿਤ ਵਾਤਾਵਰਣ ਚਾਹੀਦਾ ਹੈ ਰਾਜਨੀਤੀ ਸ਼ਾਸ ਦਾ ਅਧਿਆਨਿਕ ਅਜਿਹਾ ਵਾਤਾਵਰਣ ਪੈਦਾ ਕਰਦਾ ਹੈ ਜਾਂ ਸਹਾਇਤਾ ਕਰਦਾ ਹੈ ਜਿਸ ਦੇ ਨਾਲ ਰਾਜਨੀਤਿਕ ਜੜੀਆ ਇੱਕ ਮਾਹੌਲ ਬਣਦਾ ਅੱਗੇ ਆ ਕੇ ਅਧਿਕਾਰਾਂ ਤੇ ਕਰਤੱਵਾਂ ਦਾ ਗਿਆਨ ਇਟ गिव्स द ਨੋਲਜ ਅਬਾਊਟ ਦੀ ਰਾਈਟਸ ਐਂਡ ਡਿਊਟੀਆਂ ਵਿਅਕਤੀ ਦੇ ਵਿਅਕਤੀਤਵ ਦੇ ਵਿਕਾਸ ਦਾ ਅਧਿਆਨ অতি ਜ਼ਰੂਰੀ ਹੈ ਅਧਿਕਾਰ ਕਿਉਂਕਿ ਅਧਿਕਾਰ ਅਜੀਹਾ ਵਤਨ ਪੈਦਾ ਕਰਦਾ ਹੈ ਜੋ ਜੀਵਨ ਦੇ ਵਿਕਾਸ ਜਾਂ ਵਿਅਕਤੀ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੁੰਦਾ ਹੈ ਰਾਜ ਦਾ ਉਦੇਸ਼ ਵਿਅਕਤੀ ਦਾ ਵਿਕਾਸ ਕਰਨਾ ਹੈ ਇਸ ਲਈ ਰਾਜ ਵਿਅਕਤੀ ਨੂੰ ਅਧਿਕਾਰ ਦਿੰਦਾ ਹੈ ਇਸ ਦੇ ਬਦਲੇ ਕਰਤੱਵਾਂ ਦੀ ਮੰਗ ਕਰਦਾ ਹੈ ਕਰਤੱਵ ਮਤਲਬ ਸਾਡੀ ਡਿਊਟੀ ਹੈ ਟੈਕਸ ਭਰਨਾ ਸਾਡੀ ਡਿਊਟੀ ਹੈ ਅੱਗੋ ਸਰਕਾਰ ਤੇ ਰਾਜ ਦੀ ਕੀ ਜ਼ਿੰਮੇਵਾਰੀ ਹੈ ਸਾਨੂੰ ਸੁਰੱਖਿਅਤ ਰੱਖਣਾ 6 ਮਾ ਪੁਆਇੰਟ ਹੈ ਰਾਜਨੀਤਿਕ ਵਿਚਾਰਧਾਰਾਵਾਂ ਦੀ ਚੋਣ ਵਿੱਚ ਸਹਾਇਕ ਹੁੰਦਾ ਹੈ selection of the political ਠੀਕ ਹੈ ਨੈਕਸਟ ਪੁਆਇੰਟ ਵੀ ਦੇਖ ਲਓ ਤੇ ਉਸ ਤੋਂ ਅਗਲਾ ਵੀ ਠੀਕ ਹੈ ਨੋਟ ਆਊਟ ਕਰ ਲਓ ਵੱਖ-ਵੱਖ ਦੇਸ਼ਾਂ ਦੀਆਂ ਸ਼ਾਸਨ ਪ੍ਰਣਾਲੀਆਂ ਦਾ ਗਿਆਨ ਇਹ ਸ਼ਾਸਨ ਵਿੱਚ નિਪੁੰਤਾ ਲਿਆਉਂਦਾ ਹੈ ਸੰਕਟਕਾਲੀਨ ਕਾਲ ਦੇ ਵਿੱਚ ਇਹ ਲਾਭਦਾਇਕ ਹੁੰਦਾ ਹੈ ਸ਼ਾਂਤੀਸ਼ੀਲ ਦੀ ਭਾਵਨਾ ਪੈਦਾ ਕਰਦਾ ਹੈ ਸੰਸਾਰ ਸ਼ਾਂਤੀ ਲਈ ਸਹਾਇਕ ਹੁੰਦਾ ਹੈ ਰਾਜਨੀਤੀ ਸ਼ਬਦਾਵਲੀ ਦਾ ਗਿਆਨ ਕਰਵਾਉਂਦਾ ਹੈ ਠੀਕ ਹੈ ਤੇ ਅਗਲਾ 15ਵਾਂ ਪੁਆਇੰਟ ਸਾਡੇ ਕੋਲ ਹੈਗਾ ਵਾ ਰਾਜ ਅਤੇ ਵਿਅਕਤੀ ਦੇ ਸਬੰਧਾਂ ਬਾਰੇ ਗਿਆਨ ਨੋਲਿਜ ਅਬਾਊਟ ਦੀ ਰਿਲੇਸ਼ਨਸ਼ਿਪ ਬੀਨ ਦੀ ਬੀਟਵੀਨ ਦੀ ਮੈਨ ਐਂਡ ਸਟੇਟ ਰਾਜਨੀਤੀ ਸ਼ਾਸਤਰ ਦੀ ਮੁਢਲੀ ਸਮੱਸਿਆ ਇਹ ਹੈ ਕਿ ਵਿਅਕਤੀ ਅਤੇ ਰਾਜ ਦੇ ਵਿੱਚ ਸਬੰਧ ਹੋਣੇ ਚਾਹੀਦੇ ਹਨ ਕੀ ਸਬੰਧ ਹੋਣੇ ਚਾਹੀਦੇ ਹਨ ਅਜੇ ਇਹ ਸਬੰਧਾਂ ਦੀ ਜਾਣਕਾਰੀ ਨਾ ਹੋਣ ਕਰਕੇ ਮਨੁੱਖ ਨਾਲ ਪੁਰਾਣੇ ਸਮਿਆਂ ਵਿੱਚ ਪਸ਼ੂਆਂ ਵਾਲਾ ਸਲੂਕ ਕੀਤਾ ਜਾਂਦਾ ਸੀ ਕਿਉਂਕਿ ਕਿਸੇ ਨੂੰ ਪਤਾ ਹੀ ਨਹੀਂ ਸੀਗਾ। ਰਾਜਨੀਤੀ ਸ਼ਾਸਤਰ ਵਿਅਕਤੀ ਨੂੰ ਰਾਜ ਵਿੱਚ ਉੱਚੇ ਸਥਾਨ ਪ੍ਰਾਪਤ ਕਰਵਾਉਂਦਾ ਹੈ। ਹੁਣ ਪਤਾ ਲੱਗਿਆ ਰਾਜਨੀਤੀ ਸ਼ਾਸਤਰ ਦਾ ਕੀ ਮਹੱਤਵ ਆ ਮਨੁੱਖਾਂ ਦੇ ਵਿੱਚ ਜੀਵਨ ਵਿੱਚ ਰਾਜ ਵਿੱਚ। ਸੋ ਇਹ ਆ ਨੈਕਸਟ ਪੁਆਇੰਟ ਪੜਦੇ ਆਂ। ਕਾਨੂੰਨ ਅਤੇ ਕਾਨੂੰਨ ਨਿਰਮਾਣ ਦਾ ਗਿਆਨ ਰਾਜ ਆਪਣੀ ਇੱਛਾ ਦਾ ਪ੍ਰਗਟਾਕ ਕਾਨੂੰਨਾਂ ਰਾਹੀਂ ਕਰਦਾ ਹੈ ਉਹਦੀ ਇੱਛਾ ਕੀ ਹੈ ਕਾਨੂੰਨ ਨੇ ਕਾਨੂੰਨ ਸਾਨੂੰ ਮੰਨਣੇ ਪੈਂਦੇ ਨੇ ਭਾਵ ਇੱਛਾ ਜੋ ਲੋਕਾਂ ਉਪਰ ਲਾਗੂ ਹੁੰਦਾ ਹੈ ਰਾਜਨੀਤੀ ਸ਼ਾਸਤਰ ਨੂੰ ਕਾਨੂੰਨ ਦਾ ਠੀਕ ਅਰਥ ਸਮਝਾਉਂਦਾ ਹੈ ਕਾਨੂੰਨ ਦੀ ਉਸਾਰੀ ਗਿਆਨ ਪ੍ਰਾਪਤ ਕਰਵਾਉਂਦਾ ਹੈ ਕਾਨੂੰਨਾਂ ਦੀ ਕਿਸਮਾਂ ਕਾਨੂੰਨ ਦੇ ਸੋਮੇ ਕਾਨੂੰਨ ਨੈਤਿਕਤਾ ਦੇ ਸਬੰਧਾ ਬਾਰੇ ਗਿਆਨ ਕਰਵਾਉਂਦਾ ਹੈ ਵਿਦਿਆਰਥੀਆਂ ਲਈ ਲਾਭਦਾਇਕ ਹੈ ਅੱਜਕੱਲ੍ਹ ਦੇ ਵਿਦਿਆਰਥੀਆਂ ਨੇ ਕੱਲ ਦੇ ਸ਼ਾਸਨ ਅਤੇ ਨਾਗਰਿਕ ਕੱਲ ਦੇ ਸ਼ਾਸਕ ਅਤੇ ਨਾਗਰਿਕ ਮਤਲਬ ਕੱਲੂ ਜਾ ਕੇ ਸਰਪੰਚ ਬਣਨਗੇ ਮੈਂਬਰ ਬਣਨਗੇ ਸੀਐਮ ਬਣਨਗੇ ਜਿਹੜੇ ਡਾਇਰੈਕਟਰ ਬਣਨਗੇ ਕਿਸੇ ਜ਼ਿਲ੍ਹੇ ਦੇ ਸੋ ਉਹਨਾਂ ਲਈ ਇਹਦੇ ਇਹਦੀ ਜਾਣਕਾਰੀ ਹੋਣੀ ਬਹੁਤ ਜ਼ਰੂਰੀ ਹੈ ਠੀਕ ਹੈ ਨਮਿਆ ਧਾਰਨਾਵਾਂ ਨੂੰ ਸਮਝਣ ਦੇ ਯੋਗ ਬਣਾਉਂਦਾ ਹੈ ਇਨੇਬਲਸ ਅਸ ਦੀ ਅੰਡਰਸਟੈਂਡ ਨਿਊ ਕਨਸੈਪਟ ਠੀਕ ਹੈ ਅੱਗੇ ਆ ਗਿਆ ਰਾਜਨੀਤਿਕ ਜਾਗਰਤੀ ਪੈਦਾ ਕਰਨ ਵਿੱਚ ਸਹਾਇਕ ਕਰਦਾ ਹੈ ਸਾਨੂੰ ਕਿਵੇਂ ਰਾਜਨੀਤਿਕ ਸੱਸਦ ਦੇ ਅਧਿਐਨ ਦੁਆਰਾ ਨਾਗਰਿਕਾਂ ਨੂੰ ਰਾਜ ਸਰਕਾਰ ਵੱਖ-ਵੱਖ ਦੇਸ਼ਾਂ ਦੀਆਂ ਸ਼ਾਸਨ ਪ੍ਰਣਾਲੀਆਂ ਆਪਣੇ ਅਧਿਕਾਰਾਂ ਤੇ ਕਰਤੱਵਾਂ ਰਾਸ਼ਟਰੀ ਤੇ ਅੰਤਰਰਾਸ਼ਟਰੀ ਸਮੱਸਿਆਵਾਂ ਦੇ ਉਹਦੇ ਹੱਲ ਵੱਖ-ਵੱਖ ਰਾਜਨੀਤਿਕ ਧਰਾਮਾ ਬਾਰੇ ਗਿਆਨ ਪ੍ਰਾਪਤ ਕਰਵਾਉਂਦਾ ਹੈ ਇਸ ਲਈ ਸਾਬਦੇ ਨਤੀਜੇ ਵਜੋਂ ਉਹਨਾਂ ਵਿੱਚ ਰਾਜਨੀਤਿਕ ਜਾਗਰੂਕਤਾ ਪੈਦਾ ਹੁੰਦੀ ਹੈ ਰਾਜਨੀਤਿਕ ਰੂਪ ਵਿੱਚ ਸੁਚੇਤ ਨਾਗਰਿਕ ਰਾਜਨੀਤਿਕ ਗਤੀਵਿਧੀਆਂ ਵਿੱਚ ਬਾਤ ਛਾੜ ਕੇ ਹਿੱਸਾ ਲੈਂਦਾ ਹੈ ਸਰਕਾਰ ਦੀ ਅਸਾਰੂ ਆਲੋਚਨਾ ਕਰਦੇ ਹਨ ਆਪਣੇ ਹਿੱਤਾਂ ਦੀ ਰੱਖਿਆ ਜਾਂ ਰਾਖੀ ਪਾਉਂਦੇ ਹਨ ਵੀਵਾ ਪੁਆਇੰਟ ਨਾਗਰਿਕ ਗੌਣਤਾ ਤੇ ਸਮਾਜਿਕ ਸਮਾਜਿਕ ਭਾਵਨਾ ਪੈਦਾ ਕਰਨ ਵਿੱਚ ਸਹਾਇਕ ਕਰਦਾ ਹੈ ਅੰਤਰਰਾਸ਼ਟਰੀ ਸੰਗਠਨਾਂ ਦਾ ਗਿਆਨ ਦੇਖੋ ਮੈਂ ਐਕਸਟਰਾ ਪੁਆਇੰਟ ਕਰਾ ਰਿਹਾ ਜਿਹੜੇ ਤੁਹਾਨੂੰ ਪਸੰਦ ਆ ਰਿਹਾ ਯਾ ਯਾਦ ਹੋ ਰਿਹਾ ਤੁਸੀਂ ਉਹਨਾਂ ਨੂੰ ਹੀ ਕਰਿਓ ਤੇ ਉਹੀ ਯਾਦ ਰੱਖਿਓ ਠੀਕ ਹੈ ਲਾਸਟ ਸਾਡਾ ਆ ਗਿਆ ਸਿੱਟਾ ਸਾਡਾ ਲੈਸਨ ਇੱਥੇ ਕੰਪਲੀਟ ਹੋ ਰਿਹਾ ਪਹਿਲੀ ਵੀਡੀਓ ਕਾਫੀ ਵੱਡੀ ਸੀਗੀ ਦੂਸਰੀ ਵੀਡੀਓ ਸ਼ਾਰਟ ਹੀ ਆ ਪਰ ਮੈਂ ਦੋ ਪਾਰਟ ਬਣਾਇਆ ਤਾਂ ਜੋ ਤੁਹਾਨੂੰ ਜਿਹੜੀ ਆ ਉਹ ਮਤਲਬ ਕਨਫਿਊਜ਼ਨ ਨਾ ਹੋਵੇ ਜਦੋਂ ਤੁਹਾਨੂੰ ਏਡੀ ਵੱਡੀ ਵੀਡੀਓ ਨਾ ਲੱਗੇ ਠੀਕ ਹੈ ਲਾਸਟ ਮੋਡਲ ਸੇ ਚੰਗੀ ਤਰ੍ਹਾਂ ਪੜਾ ਕਿਉਂਕਿ ਇੰਪੋਰਟੈਂਟ ਹੈ ਅੰਤਰਰਾਸ਼ਟਰੀ ਸੰਗਠਨਾਂ ਦਾ ਗਿਆਨ ਕਰਵਾਉਂਦੀ ਹੈ ਕਿਹੜੇ ਕਿਹੜੇ ਸੰਗਠਨ ਨੇ ਯੂਐਨਈ ਐਸਈਓ ਠੀਕ ਹੈ ਯੂਨੈਕਸ ਕੋ ਕਹਿੰਦੇ ਆ ਇਹਨੂੰ ਉਸ ਤੋਂ ਬਾਅਦ ਹੈਗਾ ਵਾ ਅੰਤਰਰਾਸ਼ਟਰੀ ਮਜ਼ਦੂਰ ਸੰਗਠਨ ਸੰਘ ਠੀਕ ਹੈ ਵਿਸ਼ਵ ਸਿਹਤ ਸੰਘ ਜਿਹਨੂੰ ਅਸੀਂ ਵਰਲਡ ਹੈਲਥ ਆਰਗੇਨਾਈਜੇਸ਼ਨ ਕਹਿੰਨੇ ਆ ਉਸ ਤੋਂ ਬਾਅਦ ਹੈ ਫੂਡ ਐਂਡ ਐਗਰੀਕਲਚਰ ਆਰਗੇਨਾਈਜੇਸ਼ਨ ਹਿਊਮਨ ਰਾਈਟਸ ਕੌਂਸਲ ਠੀਕ ਹੈ ਇੰਟਰਨੈਸ਼ਨਲ ਮਨੈਟਰੀ ਫੰਡ ਵਰਲਡ ਬੈਂਕ ਇਸ ਉਲਵਾ ਸਾਰਸ ਵੀ ਹੈ ਯੂਰਪੀ ਸੰਘ ਵੀ ਹੈ ਜੀ 7 ਵੀ ਹੈ ਜੀ 20 ਵੀ ਹੈ ਤੇ ਹੋਰ ਵੀ ਬਹੁਤ سارے ਸੰਗਰੇ ਸਾਨੂੰ ਉਹਦੀ ਗਿਆਨ ਕਰਾਉਂਦਾ ਲਾਸਟ ਪੁਆਇੰਟ ਕਨਕਲੂਜ਼ਰ ਲਿਖਣਾ ਦਾ ਬਹੁਤ ਜ਼ਰੂਰੀ ਹੈ ਉੱਪਰ ਲਿਖੇ ਵਿਚਾਰਾਂ ਨੂੰ ਪੜਨ ਵਗੋ ਸੀ ਇਸ ਿੱਟੇ ਤੇ ਪੁੱਜਦੇ ਹਾਂ ਕਿ ਰਾਜਨੀਤਿਕ ਸ਼ਾਸਤ ਦਾ ਅਧਿਐਨ ਹਰ ਵਿਅਕਤੀ ਲਈ ਬਹੁਤ ਜ਼ਰੂਰੀ ਹੈ ਰਾਜਨੀਤਿਕ ਸ਼ਾਸਤ ਦਾ ਅਧਿਕਾਰ ਜਾਂ ਅਧਿਐਨ ਵਿਅਕਤੀ ਨੂੰ ਰਾਜ ਸਰਕਾਰ ਅਧਿਕਾਰਾਂ ਕਰਤੱਬਾਂ ਬਾਰੇ ਜਾਣਕਾਰੀ ਪ੍ਰਾਪਤ ਕਰਵਾਉਂਦਾ ਹੈ ਜੋ ਵਿਅਕਤੀ ਲਈ ਅਤੀ ਜ਼ਰੂਰੀ ਹੈ ਠੀਕ ਹੈ ਅੱਜ ਹਰ ਵਿਅਕਤੀ ਰਾਜ ਦਾ ਮੈਂਬਰ ਹੈ ਸਰਕਾਰ ਉਸ ਦੇ ਜੀਵਨ ਨੂੰ ਨਿਯਮਤ ਕਰਦੀ ਹੈ ਇਸ ਤੋਂ ਇਲਾਵਾ ਰਾਜ ਵਿੱਚ ਰਹਿਦਾ ਵਿਅਕਤੀ ਅਨੇਕਾ ਪ੍ਰਕਾਰ ਦੇ ਅਧਿਕਾਰ ਮਾਣਦਾ ਹੈ ਠੀਕ ਹੈ ਅਤੇ ਬਦਲੇ ਵਿੱਚ ਕਰਤੱਵਾਂ ਦੀ ਅਦਾਇਗੀ ਕਰਦਾ ਹੈ ਰਾਜਨੀਤੀ ਸ਼ਾਸਤਰ ਵਿਅਕਤੀ ਨੂੰ ਇਨ੍ਹਾਂ ਦੇ ਸਬੰਧ ਵਿੱਚ ਜਾਣਕਾਰੀ ਪ੍ਰਦਾਨ ਕਰਦਾ ਹੈ ਰਾਜਨੀਤੀ ਸ਼ਾਸਤ ਦਾ ਅਧਿਐਨ ਵਿਅਕਤੀ ਵਿੱਚ ਚੰਗੇ ਗੁਣਾਂ ਦਾ ਪ੍ਰਸਾਰ ਕਰਨਾ ਹੈ ਉਸ ਨੂੰ ਵਿਸ਼ਵ ਨਾਗਰਿਕਤਾ ਦਾ ਪਾਠ ਪੜਾਉਣਾ ਹੈ ਕਈ ਵਿਦਵਾਨਾਂ ਦਾ ਤਾਂ ਵਿਚਾਰ ਹੈ ਕਿ ਸਕੂਲਾਂ ਅਤੇ ਕਾਲਜਾਂ ਵਿੱਚ ਰਾਜਨੀਤੀ ਸ਼ਾਸਤਰ ਨੂੰ ਇੱਕ ਲਾਜ਼ਮੀ ਵਿਸ਼ੇ ਵਜੋਂ ਪੜਾਇਆ ਜਾਣਾ ਚਾਹੀਦਾ ਪਰ ਲਾਜ਼ਮੀ ਨਹੀਂ ਹੁੰਦਾ ਉਹਨਾਂ ਸਾਡੇ ਕੋਲ ਇਹ ਆਪਸ਼ਨ ਆ ਵੀ ਅਸੀਂ ਰਾਜਨੀਤੀ ਸ਼ਾਸਤਰ ਪੋਲੀਟਿਕਲ ਸਾਇੰਸ ਲੈਣੀ ਹੈ ਕਿ ਨਹੀਂ ਲੈਣੀ ਠੀਕ ਹੈ 11th ਵਿੱਚ ਵੀ ਇਹੀ ਸੇਮ ਹੁੰਦਾ 12th ਵਿੱਚ ਵੀ ਸਾਡੇ ਕੋਲੇ ਹੁੰਦਾ ਬੀਏ ਦੇ ਵਿੱਚ ਵੀ ਆਉਂਦਾ ਅਗੇ ਐਮੇ ਪੜ੍ਹਦੇ ਆ ਸਾਡੀ ਮਰਜ਼ੀ ਹੁੰਦੀ ਹੈ ਕਿ ਅਸੀਂ ਉਹਦੀ ਐਮੇ ਕਰਨੀ ਹੈ ਕਿ ਨਹੀਂ ਕਰਨੀ ਪਰ ਇੱਥੇ ਮਿਨੀਟਰੀ ਕਿਹਾ ਜਾ ਰਿਹਾ ਪਰ ਇਹ ਤਾਂ ਸਾਰਿਆਂ ਦਾ ਆਪਣਾ ਪ੍ਰਿੰਟ ਅੰਤਰਸਟ ਹੈ ਨਾ ਜਿਵੇਂ ਤੁਹਾਡਾ ਇੰਟਰਸਟ ਹੈ ਤੁਸੀਂ ਲਿਆ ਹੋਇਆ ਨੈਕਸਟ ਦੇ ਪ੍ਰਸ਼ਨ ਉੱਤਰ ਕਰਾਂਗੇ ਅਸੀਂ ਨਵੇਂ ਚੈਨਲ ਤੇ ਨਵੇਂ ਚੈਨਲ ਦਾ ਲਿੰਕ ਡਿਸਕ੍ਰਿਪਸ਼ਨ ਚਾ ਠੀਕ ਹੈ ਜਰੂਰ ਜਾ ਕੇ ਸਬਸਕ੍ਰਾਈਬ ਕਰ ਲਓ ਬੀਏ ਸਟੱਡੀ ਕਲਾਸਸ ਨੂੰ ਲਿੰਕ ਡਿਸਕ੍ਰਿਪਸ਼ਨ ਜਾਂ ਤੁਹਾਨੂੰ ਸ਼ੋ ਵੀ ਹੋ ਰਿਹਾ ਜਾ ਕੇ ਸਰਚ ਕਰਕੇ ਵੀ ਤੁਸੀਂ ਇਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਬਾਕੀ ਮੈਂ ਲਿੰਕ ਡਿਸਕ੍ਰਿਪਸ਼ਨ ਤੇ ਕਮੈਂਟ ਬਾਕਸ ਵਿੱਚ ਦੇ ਦੂੰਗਾ ਉੱਥੋਂ ਜਾ ਕੇ ਕਲਿੱਕ ਕਰਕੇ ਤੁਸੀਂ ਜਰੂਰ ਜਾ ਕੇ ਸਬਸਕ੍ਰਾਈਬ ਕਰੋ ਉਹਦੇ ਪ੍ਰਸ਼ਨ ਉੱਤਰ ਤੁਹਾਨੂੰ ਉੱਥੇ ਮਿਲਣਗੇ ਐਸੇ ਟਾਈਪ ਵੀ ਤੇ ਛੋਟੇ ਵੀ ਠੀਕ ਹੈ ਵੀਡੀਓ ਨੂੰ ਸ਼ੇਅਰ ਕਰਿਓ ਧੰਨਵਾਦ